एकदम आप कहाँ से, आप 1 लाख तक दे देंगे तो अच्छी मिलती है ना? हाँ अच्छी मिलती है, दूध वाली मिलती है। ओ ठीक, रेट एक भी दूध कितना? 15 किलो। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਆ ਆਪਣੇ ਸ਼ੌਂਕੀ ਡੇਅਰੀ ਫਾਰਮ ਉੱਤੇ। ਅਤੇ ਅੱਜ ਦੀ ਆਪਣਾ ਫੁੱਲ ਵੀਡੀਓ ਡੱਬ ਵਾਲੀ ਮੰਡੀ ਤੋਂ ਮੱਝਾਂ ਦੀ ਕਰਨ ਸ਼ੂਟ ਕਰਨ ਜਾ ਰਹੇ ਹੈਗੇ। ਅਤੇ ਆ ਪਹਿਲੀ ਮੱਝ ਦੇਖ ਸਕਦੇ, ਬਹੁਤ ਚੰਗੀ ਹੈ ਅਤੇ ਸਿੰਗ ਅਤੇ ਫਲੇਵੇ ਤਾਂ ਗੱਲਬਾਤ ਹੀ ਹੈ। ਅਤੇ ਇਹਦਾ ਰੇਟ ਪੁੱਛਿਆ ਸੀ ਆਪਾਂ 1.20 ਹੈਗਾ, ਵੈਸੇ ਸੇਲ ਹੋ ਗਈ ਬਾਈ, ਕਹਿੰਦਾ ਵੀ ਇਕੱਠਾ ਮਾਲ ਲੈ ਕੇ ਜਾਣਾ ਸੀਗਾ, ਤਾਂ ਕਰਕੇ ਆਪਾਂ ਇਹਦੇ ਨਾਲ ਗੱਲ ਨਹੀਂ ਕਰਾਂ ਤੁਹਾਡੀ। ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਆਪਾਂ ਚੰਗੀਆਂ ਚੰਗੀਆਂ ਮੱਝਾਂ ਦਿਖਾਵਾਂਗੇ, ਬਹੁਤ ਹੀ ਵਧੀਆ ਵਧੀਆ ਕੈਂ ਟੌਪ ਹੁੰਦੀਆਂ ਹੈਗੀਆਂ। ਅਤੇ ਸਾਰੇ ਭਰਾ ਜਿਹੜੇ ਅਦਰ ਸਟੇਟ ਦੇ ਆ ਅਤੇ ਉਹ ਆਇਆ ਕਰੋ ਇੱਥੇ ਵੀ, ਚੰਗਾ ਆਪਣਾ ਚੰਗੀਆਂ ਮੱਝਾਂ ਨਾਲ ਜਾਂਦੀਆਂ ਹੈਗੀਆਂ। ਅਤੇ ਤੋਕੜ ਕੱਪੜ ਵੀ ਹੁੰਦੀਆਂ, ਸੱਜਰਾਂ ਵੀ ਹੁੰਦੀਆਂ ਹੈਗੀਆਂ, ਕਈ ਬੰਦੇ ਕਹਿੰਦੇ ਕੱਟੀਆਂ ਉਹ ਵੀ ਬਹੁਤ ਚੰਗੀਆਂ ਚੰਗੀਆਂ ਹੁੰਦੀਆਂ ਹੈਗੀਆਂ। ਅਤੇ ਇਹ ਸਾਰੀਆਂ ਮੱਝਾਂ ਵੀ ਇੱਥੇ ਗੱਲ ਕਰ ਰਹੇ ਆਪਾਂ, ਤਾਂ ਨਹੀਂ ਵੀਡੀਓ ਸ਼ੂਟ ਕਰਦੇ ਵੀ ਬੰਦਾ ਕਹਿੰਦਾ ਸਾਡੇ ਵੀ ਕੰਮ 'ਚ ਦੇਖਣਾ ਪੈ ਗਿਆ। ਅਤੇ ਕਾ ਛੋਟੀ ਜਿਹੀ ਮੱਝ ਹੈਗੀ ਅਤੇ ਆਰਡਰ ਦੇ ਕੇ ਥਾਣ ਪੂਰੇ ਆ ਮੁੱਠੀ ਦੇ ਹੈਗੇ ਅਤੇ ਸਿੰਗ ਪੂਰੇ ਖੁੰਡਿਆ ਅਤੇ ਇਹਨੇ ਫੀਮੇਲ ਕਾਫ ਨੂੰ ਜਨਮ ਦਿੱਤਾ ਅਤੇ ਫੀਮੇਲ ਕਾਫੀ ਬਹੁਤ ਵਧੀਆ ਹੈਗੀ। ਅਤੇ ਇੱਕ ਆ ਨੀਲੀ ਰੰਗ ਦੀ ਮੱਝ ਹੈਗੀ ਅਤੇ ਇਹਨੇ ਚੰਗੇ ਸੀਮਣ ਦੀ ਹੈਗੀ ਅਤੇ ਬੱਚਾ ਵੀ ਚੰਗਾ ਦਿੱਤਾ ਹੋਰ ਐਂ ਨੀਲੀ ਰੰਗ, ਸਾਰੇ ਕਰੈਕਟਰ ਨੀਲੀ ਰੰਗ ਮੇਰੇ 5 ਕਿਲੀਆਂ ਪੂਰੀ ਅਤੇ ਚੰਗੀ ਮੱਝ ਹੈਗੀ ਪੂਰੀ। ਅਤੇ ਭਰਾ ਜਿਹੜੇ ਵੀ ਮੰਡੀ ਨਾਲ ਜੁੜਦੇ ਆ ਜਾਂਦੇ ਰਹਿੰਦੇ ਆ ਤਾਂ ਮੰਡੀਆਂ 'ਤੇ ਆ ਕਰੋ, ਦਾਮੀ ਵਾਲਾ ਚੜ੍ਹਨ ਲੱਗ ਗਿਆ ਹੁਣ ਤਾਂ ਗਰਮੀ ਨਾਲ। ਅੱਗੇ ਹੋਰ ਟੋਪ ਟੋਪ ਦੀਆਂ ਮੱਝਾਂ ਅੱਗੇ ਜਾ ਕੇ ਸਾਨੂੰ ਆਪਾਂ ਗੱਲ ਕਰਾਉਣੇ ਆ ਦਿਖਾਉਣੇ ਹੈਗੇ। ਇਹ ਸਾਰੇ ਮਤਲਬ ਅਦਰ ਸਟੇਟ ਦੇ ਵੀ ਹੁੰਦੇ ਨੇ, ਹਰਿਆਣਾ ਰਾਜਸਥਾਨ। ਇਹ ਮੱਝ ਦੇਖੋ ਜੀ, ਛੋਟੀ ਜਿਹੀ ਮੱਝ ਹੈਗੀ ਅਤੇ ਚੰਗੀ ਆਰਡਰ ਦੀ ਹੈਗੀ। ਗਰਮੀ ਵਿੱਚ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਗਰਮ ਹੋ ਜਾਂਦਾ ਜੀ, ਪਰ ਚੰਗੀ ਮੱਝ ਮਾਰੀ ਬਣਾਓ। ਕਹਾਂ ਸੇ ਆਪ? ਕਹਾਂ ਸੇ? ਪਸੋਂਡਾ। ਪਸੋਂਡਾ ਕੌਨ ਸੀ ਡਿਸਟ੍ਰਿਕਟ ਲੱਗਤੀ ਆਪ? ਕੌਨ ਸੀ ਡਿਸਟ੍ਰਿਕਟ, ਮਤਲਬ ਜ਼ਿਲ੍ਹਾ ਕੌਨ ਸਾ? ਜ਼ਿਲ੍ਹਾ ਗਾਜ਼ੀਆਬਾਦ। ਗਾਜ਼ੀਆਬਾਦ ਹੈ। ਵੈਸੇ ਲੈਣੇ ਆਏ ਕਿ ਵੇਚਣੇ ਆਏ? ਵੈਸ ਦੇਣਾ ਹੈ। ਲੈਣਾ ਆਪਕੋ ਕੈਸੇ ਲਗਾ ਹਮਾਰੀ ਮੰਡੀ ਮੇ? ਮੰਡੀ ਬੜੀਆ ਲੱਗੀ, ਬੜੀ ਮਤਲਬ ਪਹਿਲੇ ਵੀ ਇਤਨੀ ਬੜੀ ਮੱਟੀ ਦੇਖੀ ਜੇ ਪਹਿਲੀ ਹੈ ਜੀ ਆਪਕੀ? ਇਹ ਮੰਡੀ ਦੇਖੇ ਬਹੁਤ ਬੜੀ ਬੜੀ। ਅੱਛਾ, ਇਹ ਵੀ ਸਹੀ ਹੈ। ਅੱਛਾ, ਰੇਟ ਸਹੀ ਹੈ? ਰੇਟ ਮਹਿੰਗਾ, ਮਹਿੰਗਾ ਥੋੜਾ ਮਹਿੰਗਾ ਲੱਗ ਰਿਹਾ ਹੈ। ਹਾਂ ਮਹਿੰਗਾ, ਠੀਕ ਹੈ। ਔਰ ਬੈਸ ਤੋਂ ਅੱਛੀ ਮਿਲਤੀ ਹੈ ਨਾ? ਹਾਂ ਬੈਸ ਅੱਛੀ ਮਿਲਤੀ ਹੈ, ਠੀਕ ਹੈ, ਦੁੱਧ ਵਾਲੀ ਮਿਲਤੀ ਹੈ। ਉਹ ਠੀਕ ਹੈ, ਧੰਨਵਾਦ ਆਪਕਾ। ਤੇ ਇਹ ਸਾਡੇ ਨਾਲ ਬਾਈ ਗਾਜ਼ੀਆਬਾਦ ਤੋਂ ਆਏ ਹੈਗੇ, ਤੇ ਉਹਨਾਂ ਗੱਲ ਕਰਵਾਈ, ਕਹਿੰਦਾ ਬਾਕੀ ਆ ਪੂਰੀ ਹੈਗੀ ਇੱਕ, ਇਹਦਾ ਅਕਸਰ ਡਿਮਾਂਡ ਹੁੰਦੀ ਹੈਗੀ। ਇਹ ਰੂਸੀ ਕਲਰ ਆ, ਪ੍ਰੋਪਰ ਪੂਰੀ ਨਹੀਂ ਕਹਿ ਸਕਦੇ ਇਹਨੂੰ, ਕਿਉਂਕਿ ਬਲੈਕਨੈਸ ਹੈ ਇਹਦੇ ਵਿੱਚ, ਇਹ ਡਾਰਕ ਆ ਥੋੜ੍ਹਾ ਜਿਹਾ ਬੁਰਾ ਜਿਹਾ। ਅੱਗੇ ਚੱਲ ਕੇ ਇੱਕ ਹੋਰ ਆ ਚੰਗੀ ਪੂਰੀ, ਇਹਦਾ ਚੰਗਾ ਆਰਡਰ ਆ ਗਾ। ਇੱਧਰ ਮੱਝਾਂ ਵਾਲੇ ਪਾਸੇ ਬਾਕੀ ਗਾਹਕ ਜ਼ਿਆਦਾ ਹੁੰਦਾ ਗਾ। ਅਤੇ ਆ ਮੱਝ ਦੇਖ ਲਈ, ਪੂਰੀ ਸਿਰਾ ਮੱਝ ਹੈਗੀ, ਕਿਵੇਂ ਕੱਟੀ? ਬਹੁਤ ਹੀ ਚੰਗੀ ਮੱਝ ਹੈਗੀ ਆ। ਅਤੇ ਆਪਾਂ ਇੱਕ ਆਹ ਦੇਖ ਲਈ, ਸਾਡਾ ਉਹ ਘਰ ਦੀ ਮੱਝ ਵਾਲਾ ਕੰਮ ਹੀ ਆਉਂਦਾ, ਅਤੇ ਚੰਗਾ ਆਰਡਰ ਆ ਗਿਆ ਮੱਝ ਦਾ। ਅਤੇ ਬਾਕੀ ਦੇਖ ਸਕਦੇ ਹੋ ਬਾਕੀ, ਅਤੇ ਪਿੱਛੋਂ ਵੀ ਦਿਖਾਉਣੇ ਆ ਤੁਹਾਨੂੰ। ਅਤੇ ਹਜੇ ਕਹਿੰਦੇ ਸੂਣ ਵਾਲੀ ਹੈਗੀ, ਅਤੇ ਇਹ ਹੈਗੀ ਇੱਕ ਵੀ ਚੰਗੀ ਸੂਈ ਹੈਗੀ। ਬਹੁਤ ਚੰਗਾ ਚੰਗਾ ਮੱਝਾਂ ਆਉਂਦੀਆਂ ਹੈਗੀਆਂ ਮੰਡੀ ਦੇ ਵਿੱਚ, ਜਿਹੜੇ ਭਰਾ ਆਉਂਦੇ ਆ ਜਾਂ ਵਪਾਰ ਕਰਦੇ ਆ ਜਾਂ ਵੀ ਆਇਆ ਕਰੋ, ਅਤੇ ਆਹ ਗਾਜ਼ੀਆਬਾਦ ਤੋਂ ਫਿਰਦੇ ਸੀ, ਜਿਹਦੇ ਕੋਲ ਮਤਲਬ ਫਸਲ ਚੰਗਾ ਰਹਿੰਦਾ ਨਹੀਂ ਉਹਦੇ ਕੋਲ, ਇਹ ਚੰਗਾ ਮੱਝਾਂ ਚੰਗੀ ਹੁੰਦੀਆਂ ਹੈਗੀਆਂ। ਅਤੇ ਮਿਲਕ ਰਿਕਾਰਡ ਵੀ ਚੰਗਾ ਹੋਵੇ ਤਾਂ ਜ਼ਿਆਦਾਤਰ ਵਧੀਆ ਵਧੀਆ ਟੋਪ ਬਰੀਡ ਦੀਆਂ ਹੁੰਦੀਆਂ ਹੈਗੀਆਂ। ਅਤੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਵੀ ਵੱਧ ਤੋਂ ਵੱਧ ਲੋਕ ਮੰਡੀ ਨਾਲ ਜੁੜਨ, ਅਤੇ ਡੈਰੀ ਫਾਰਮ ਨਾਲ ਜੁੜ, ਸਾਡਾ ਮੇਨ ਇੱਕ ਹਿੱਸਾ ਇਹ ਵੀ ਆ ਵੀ ਡੈਰੀ ਫਾਰਮ ਦਾ ਪ੍ਰਮੋਟ ਕਰਨਾ। ਅਤੇ ਜੇ ਕੋਈ ਹੋਊਗਾ ਤਾਂ ਚੰਗਾ ਤਾਂ ਉਹਦੇ ਵਿੱਚ ਗਾਵਾਂਗੇ ਤੁਹਾਨੂੰ ਵਧੀਆ ਵਧੀਆ, ਹੈ ਨਾ। ਅਤੇ
ਅੱਗੇ ਇਹ ਕਹਿੰਦਾ ਵੀਡੀਓ ਬਣਾ ਦਿੰਦਾ ਕਹਿੰਦਾ ਕਿਤਨੇ ਕਿੰਨੇ ਸੂਏ ਆ ਤੇ ਰੇਟ ਕਿੰਨਾ ਗਾ ਬਹੁਤ ਹੀ ਚੰਗੀ ਮੱਝ ਹੈਗੀ ਆ ਤੇ ਆਪਾਂ ਇੱਕ ਆ ਦੇਖੋ ਬਈ ਸਾਡਾ ਉਹ ਘਰ ਦੀ ਮੱਝ ਵਾਲਾ ਕੰਮ ਹੀ ਆਉਂਦਾ ਤੇ ਚੰਗਾ ਆਰਡਰ ਹੈਗਾ ਮੱਝ ਦਾ ਤੇ ਬਾਕੀ ਦੇਖ ਸਕਦੇ ਹੋ ਬਾਕੀ ਤੇ ਪਿੱਛੋਂ ਵੀ ਦਿਖਾਉਣੇ ਆ ਤੁਹਾਨੂੰ ਤੇ ਹਜੇ ਕਹਿੰਦੇ ਸੂਣ ਵਾਲੀ ਹੈਗੀ ਤੇ ਇਹ ਹੈਗੀ ਇੱਕ ਵੀ ਚੰਗੀ ਸੂਈ ਹੈਗੀ ਤੇ ਬਹੁਤ ਚੰਗਾ ਚੰਗਾ ਮੱਝਾਂ ਆਉਂਦੀਆਂ ਹੈਗਾ ਮੰਡੀ ਦੇ ਵਿੱਚ ਜਿਹੜੇ ਭਰਾ ਆਉਂਦੇ ਆ ਜਾਂ ਵਪਾਰ ਕਰਦੇ ਆ ਜਾਂ ਵੀ ਆਇਆ ਕਰੋ ਤੇ ਆ ਗਾਜ਼ੀਆਬਾਦ ਤੋਂ ਕਰਦੇ ਸੀ ਜਿਹਦੇ ਕੋਲੇ ਮਤਲਬ ਬਸ ਚੰਗਾ ਰਹਿੰਦਾ ਨਹੀਂ ਉਹ ਦੇਖਣ ਨੂੰ ਤੇ ਚੰਗਾ ਮੱਝਾਂ ਚੰਗੀ ਹੁੰਦੀਆਂ ਹੈਗਾ ਤੇ ਮਿਲਕ ਰਿਕਾਰਡ ਵੀ ਚੰਗਾ ਹੋਵੇ ਤਾਂ ਜ਼ਿਆਦਾਤਰ ਵਧੀਆ ਵਧੀਆ ਟੌਪ ਬਰੀਡ ਦੀਆਂ ਹੁੰਦੀਆਂ ਹੈਗੀਆਂ ਤੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਵੱਧ ਤੋਂ ਵੱਧ ਲੋਕ ਮੰਡੀ ਨਾਲ ਜੁੜਨ ਤੇ ਡੈਅਰੀ ਫਾਰਮ ਨਾਲ ਜੁੜ ਸਾਡਾ ਮੇਨ ਇੱਕ ਹਿੱਸਾ ਇਹ ਵੀ ਆ ਕਿ ਡੈਅਰੀ ਫਾਰਮਾਂ ਦਾ ਪ੍ਰਮੋਟ ਕਰਨਾ ਤੇ ਜੇ ਕੋਈ ਹੋਊਗਾ ਤਾਂ ਚੰਗਾ ਤਾਂ ਉਹਦੇ ਵਿੱਚ ਗਾਵਾਂਗੇ ਤੁਹਾਨੂੰ ਬਈ ਵਧੀਆ ਵਧੀਆ ਹਨਾ ਤੇ ਅੱਗੇ ਇਹ ਕਹਿੰਦਾ ਵੀਡੀਓ ਬਣਾ ਦਿੰਦਾ ਕਹਿੰਦਾ ਕਿਤਨੇ ਕਿੰਨੇ ਸੂਏ ਆ ਤੇ ਰੇਟ ਕਿੰਨਾ ਗਾ ਰੇਟ ਇੱਕ ਵੀ ਦੁੱਧ ਕਿੰਨਾ 15 ਕਿਲੋ ਦੁੱਧ ਆ ਤੇ ਇੱਕ ਵੀ ਰੇਟ ਆ ਮੈਡਮ ਮੋਬਾਈਲ ਨੰਬਰ ਬੋਲਿਓ ਇੱਕ ਵਾਰੀ ਹੋਰ ਬੋਲ ਦਿਓ ਆ ਬਹੁਤ ਚੰਗੀ ਮੱਝ ਹੈਗੀ ਤੇ ਕੱਲ੍ਹ ਸੂਈ ਹੈਗੀ ਤੇ 15 ਕਿਲੋ ਦੁੱਧ ਆ ਬਹੁਤ ਹੀ ਜ਼ਿਆਦਾ ਚੰਗੀ ਮੱਝ ਹੈਗੀ ਤੇ ਇਹ ਕਹਿੰਦਾ ਮੇਰੀ ਵੀਡੀਓ ਜ਼ਰੂਰ ਬਣਾ ਦੀ ਮੈਂ ਬਣ ਗਈ ਤੇ ਅੱਗੇ ਆ ਗਈ ਤੇ ਬਣਾਉਣੀ ਆ ਖੜ ਜਾ ਤੇ ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਚੰਗੀਆਂ ਚੰਗੀਆਂ ਮੱਝਾਂ ਦਿਖਾਉਣੇ ਆ ਤੇ ਸ਼ੌਂਕ ਹੁੰਦਾ ਬਈ ਵੀਡੀਓ ਬਣਾਉਣ ਦਾ ਕਹਿੰਦੇ ਵੀ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਬਣਾ ਦਿੰਦੇ ਹੈਗੇ ਤੇ ਵਧੀਆ ਟੌਪ ਕੁਆਲਿਟੀ ਦਾ ਦੇਖੋ ਮੱਝ ਦੇ ਬੋਡੀ ਸਟਰਕਚਰ ਬਹੁਤ ਹੀ ਜ਼ਿਆਦਾ ਵੱਡਾ ਬੋਡੀ ਸਟਰਕਚਰ ਹੈਗਾ ਤੇ ਬਈ ਹੈ ਨਹੀਂ ਕੋਲੇ ਕੋਈ ਨਹੀਂ ਤੁਹਾਨੂੰ ਜ਼ਰੂਰ ਦਿਖਾਉਣਾ ਸੀਗਾ ਤੇ ਧੰਨਵਾਦ ਆ ਜਿਹੜੇ ਜਿਹੜੇ ਸਾਡੇ ਚੈਨਲ ਨਾਲ ਜੁੜਦੇ ਹੋ